BBMP ਦੇ ਮੁੱਦੇ ਉੱਤੇ ਗੱਲਬਾਤ ਕਰਦੇ ਆ ਇੱਕ ਆਰਟੀ ਦੇ ਜ਼ਰੀਏ ਖੁਲਾਸਾ ਹੋਇਆ ਬਹੁਤ ਸਾਰੀਆਂ ਪੋਸਟਾਂ ਖਾਲੀ ਪੰਗਾ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਜਿਹੜਾ ਖਾਸ ਕਰਕੇ BBMP ਦੇ ਮੁੱਦੇ ਉੱਤੇ ਬੋਲਦੇ ਸੀਗੇ ਬਹੁਤ ਸਾਰੇ ਮੁੱਦੇ ਤੇ ਬੋਲਦੇ ਸੀ ਹੁਣ ਸਰਕਾਰ ਜਿਹੜਾ ਬਿਲਕੁਲ ਹੀ ਚੁੱਪ ਕਰ ਗਈ ਇਸ ਮੁੱਦੇ ਉੱਤੇ ਬੋਲ ਹੀ ਨਹੀਂ ਰਹੀ ਤੇ ਆਰਟੀ ਦੇ ਵਿੱਚ ਖੁਲਾਸੇ ਹੋਏ ਆ ਉਹ ਤਾਂ অলਮੋਸਟ ਆ ਜਿਹੜੇ ਆ ਗਏ ਪਰ ਕੁਝ ਤੱਥਾਂ ਤੇ ਵੀ ਥੋੜੀ ਗੱਲਬਾਤ ਕਰ ਲੀਏ ਮਿੰਟੂ ਜੀ ਪਹਿਲਾਂ ਕੁਝ ਉਹ ਆਰਟੀ ਦੇ ਜ਼ਰੀਏ ਕੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਉਹ ਥੋੜੀ ਜਿਹੜਾ ਤੁਸੀਂ ਸਾਂਝੀ ਕਰ ਦਿਓ ਤੇ ਨਾਲ ਦੀ ਨਾਲ ਤੁਸੀਂ ਪ੍ਰੋਗਰਾਮ ਅੱਗੇ ਤੱਕ ਪਹੁੰਚਾ ਦਿਓ ਤੇ ਥੋੜਾ ਜਿਹਾ ਤੱਕ ਐਦਰੋਂ ਹਲੂਣਾ ਤੁਸੀਂ ਮਾਰੋ ਤੇ ਕੁਝ ਕੇਫਰਟ ਸਾਡੀ ਟੈਕਨੀਕਲ ਟੀਮ ਲੱਗੀ ਹੈ ਅਸੀਂ ਲੱਗੇ ਹੋਨੇ ਹਾਂ ਜੀ ਮਿੰਟ ਹੋ ਜੇ ਦੇਖੋ ਇਹ ਨਾ ਆਰਟੀਆਈ ਪਾਈ ਸੀਗੀ ਬਠਿੰਡੇ ਵਾਲੇ ਹਰ ਮਿਲਾਪ ਗਰੇਵਾਲ ਜੀ ਨੇ ਜੀ ਜਿਹੜੇ ਕਿ ਕਿਸੇ ਸਮੇ ਇਹਨਾਂ ਦੇ ਮੋਢੀਆਂ ਚੋਂ ਸੀਗੇ ਜੀ ਫਿਰ ਬਾਅਦ ਚ ਕਿਸਾਨ ਮੋਰਚਾ ਬਣੀ ਉਹ ਹੋ ਉਮੀਦਵਾਰ ਵੀ ਬਣੇ ਸਨ ਕਿਸਾਨ ਮੋਰਚਾ ਨਹੀਂ ਕਹਿਣਾ ਚਾਹੀਦਾ ਜੋ ਸੰਯੁਕਤ ਸਮਾਜ ਮੋਰਚਾ ਸੀ ਸ਼ਾਇਦ ਜੀ ਉਸ ਗਰੁੱਪ ਬਣੀ ਉਹ ਇਲੈਕਸ਼ਨ ਵੀ ਲੜ ਚੁੱਕੇ ਨੇ ਉਹ ਜੀ ਜਾਨੀ ਕਿਸਾਨਾਂ ਵੱਲੋਂ ਉਮੀਦਵਾਰ ਵੀ ਸੀਗੇ ਜੀ ਤਾਂ ਇਹਨਾਂ ਦੀ ਆਰਟੀਆਈ ਦੇ ਵਿੱਚ ਜੋ ਅਗੋਂ ਜਵਾਬ ਮਿਲੇ ਆ ਉਹ ਹੈ ਕਿ ਕੁੱਲ ਮਿਲਾ ਕੇ ਸ਼ਾਹਪੁਰ ਕੰਡੀ ਡੈਮ ਦਾ ਵੀ ਵੇਰਵਾ ਹੈ ਦੇ ਵਿੱਚ ਬੀਬੀਐਮਬੀ ਦਾ ਵੀ ਵੇਰਵਾ ਹੈ ਜੀ ਬੀਬੀਐਮਬੀ ਦਾ ਵੀ ਤਾਂ ਇਹਦੇ ਚ ਟੋਟਲ ਜਿਹੜੀਆਂ ਪੋਸਟਾਂ ਨੇ ਬੀਬੀਐਮਬੀ ਦੇ ਵਿੱਚ ਪੰਜਾਬ ਕੈਡਰ ਦੀਆਂ ਜੀ ਉਹ ਹੈਗੀਆਂ ਨੇ 2865 ਤੇ ਜਿਹਦੇ ਚੋ ਕਮਾਲ ਦੀ ਗੱਲ ਐ ਕਿ 1341 ਪੋਸਟਾਂ ਜਿਹੜੀਆਂ ਉਹ ਇਸ ਟਾਈਮ ਖਾਲੀ ਪਈਆਂ ਨੇ। ਅੱਛਾ ਜੀ। ਯਾਨੀ ਜੇ ਫੀਸਦ ਦੇ ਹਿਸਾਬ ਨਾਲ ਲਈਏ ਤੇ 46% ਮਤਲਬ ਕਿ ਅੱਧੀਆਂ ਹੀ ਖਾਲੀ ਪਈਆਂ ਨੇ। ਮੋਟੋ ਮੋਟਾ ਕਹਿੰਦੇ ਕਿ ਅੱਧੀਆਂ ਪੋਸਟਾਂ ਬਾਈ। ਬਿਲਕੁਲ ਤੇ ਇੱਥੇ ਲੋਕ ਰੋਜ਼ਗਾਰ ਵਾਸਤੇ ਯੰਬਦੇ ਪਏ ਨੇ। ਬੜਾ ਉਹਨਾਂ ਦਾ ਬੁਰਾ ਹਾਲ ਆ। ਪੋਸਟਾਂ ਜਿੱਥੇ ਖਾਲੀ ਪਈਆਂ ਨੇ ਉਹ ਵੇਖ ਲਓ ਕਿ 46% ਦੀ ਸਾਡਾ ਕੋਟਾ ਉੱਥੇ ਖਾਲੀ ਪਿਆ ਵਾ। ਜੀ। ਇਹ ਖੁਦ ਜਿਹੜੇ ਡਾਕੂਮੈਂਟ ਨੇ ਜਿਹੜੇ ਦਸਤਾਵੇਜ਼ ਉਹਨਾਂ ਨੇ ਮਹਿਕਮੇ ਨੇ ਮੁਹਈਆ ਕਰਵਾਏ ਆ ਬੀਬੀ ਐਮ ਬੀ ਨੇ ਜਿਹੜੇ ਦਿੱਤੇ ਆ ਉਹਦੇ ਮੁਤਾਬਕ ਆ ਸਰਕਾਰੀ ਜੋ ਡਾਕੂਮੈਂਟ ਬੋਲਦੇ ਆ ਹਾਂਜੀ ਬਿਲਕੁਲ ਬਿਲਕੁਲ ਸੋ ਪਾਖੜਾ ਕੰਪਲੈਕਸ ਤੇ ਬਿਆਸ ਕੰਪਲੈਕਸ ਦੀਆਂ ਕੁੱਲ ਜਿਹੜੀਆਂ ਇਹ ਪੋਸਟਾਂ ਜਿਹੜੀਆਂ ਗਣਾਈਆਂ ਗਈਆਂ ਨੇ ਖੈਰ ਦੇਖੋ ਇਹ ਤਾਂ ਹੁਣ ਸਾਫ ਹੈ ਚਲੋ ਆਰਟੀਆਈ ਦੇ ਵਿੱਚੋਂ ਇਹ ਸਾਰੀ ਚੀਜ਼ ਨਿਕਲ ਕੇ ਆ ਰਹੀ ਹੈ ਕਿ 40% ਅਸਾਮੀਆਂ ਜਿਹੜੀਆਂ ਨੇ ਪੰਜਾਬ ਕੋਟੇ ਦੀਆਂ ਉਹ ਖਾਲੀ ਪਈਆਂ ਜੀ ਤੇ ایਉ ਹਾਲ ਜਿਹੜਾ ਸੀਗਾ ਕਿਉਂਕਿ ਇਹਦੇ ਤੇ ਅਸੀਂ ਕਾਫੀ ਪ੍ਰੋਗਰਾਮ ਕੀਤੇ ਨੇ ਬੀਬੀਐਮਬੀ ਤੇ ਜਦੋਂ ਇਹਦਾ ਮੁੱਦਾ ਆਪਾਂ ਖਿਆ ਸੀਗਾ ਜੀ ਚੰਨੀ ਸਰਕਾਰ ਵੇਲੇ ਜਾਂ ਕਾਂਗਰਸ ਸਰਕਾਰ ਵੇਲੇ ਵੀ ایਉ ਹਾਲ ਸੀਗਾ ਜੀ ਤੇ ਬਦਲਾਅ ਹੈ ਕਿੱਥੇ ਆ ਫਿਰ ਸਾਡਾ ਉਦੋਂ ਵੀ ਉਹ ਸਵਾਲ ਸੀਗਾ ਉਦੋਂ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮਤਲਬ ਕਿ ਜ਼ਿੰਮੇਵਾਰ ਨਹੀਂ ਕਹੀ ਜਾ ਸਕਦੀ ਕਿ ਜਦੋਂ ਤੁਹਾਨੂੰ ਸਤਾ ਚਾਏ ਨੂੰ ਕੋਈ ਹਫਤੇ ਹੋਏ ਹੋਣ ਕੋਈ ਮਹੀਨੇ ਹੋਏ ਹੋਣ ਤਾਂ ਆਪਾਂ ਕਹਿ ਸਕਦੇ ਹਾਂ ਹੁਣ ਤਾਂ ਤੁਸੀਂ ਆਲਮੋਸਟ ਕਹਿ ਲਓ ਕਿ ਇੱਕ ਸਾਲ ਪੂਰਾ ਕਰਨ ਵਾਲੇ ਹੋ ਅੱਛਾ ਅੱਜ ਹੀ ਕੁਲਦੀਪ ਚੈਲ ਦਾ ਜਿਹੜਾ ਤਬਾਦਲਾ ਹੋਇਆ ਜੀ ਉਹਦੇ ਤੇ ਦੇਖੋ ਕਿੰਡੀ ਗੱਡਮੀ ਆਵਾਜ਼ ਚ ਕਹਿ ਰਹੇ ਸੀਗੇ ਇਹਨਾਂ ਦੇ ਬੁਲਾਰੇ ਨੇ ਇੱਕ ਤੇ ਹੈਗੇ ਆ ਨਾ ਆਪਣੇ ਮਾਨਯੋਗ ਕੰਗ ਸਾਹਿਬ ਜੀ ਇੱਕ ਹੋਰ ਨੇ ਗਰਗ ਸਾਹਿਬ ਅੱਛਾ ਜੀ ਹਾਂ ਜੀ ਉਹ ਆਉਂਦੇ ਉਹ ਮਤਲਬ ਕਿ ਫਿਰ ਪੂਰੇ ਜੋਸ਼ ਦੇ ਵਿੱਚ ਆ ਕੇ ਕਹਿੰਦੇ ਚੰਡੀਗੜ ਸਾਡਾ ਚੰਡੀਗੜ ਤੇ ਸਾਡਾ ਹੱਕ ਆ ਤੇ ਕੀ ਗੱਲ ਆ ਮੈਂ ਉਹਨਾਂ ਨੂੰ ਸਵਾਲ ਕਰੂੰਗਾ ਕਿ BBMP ਤੇ ਤੁਹਾਡਾ ਹੱਕ ਨਹੀਂ ਹੈਗਾ ਚਲੋ BBMP ਦਾ ਹੱਕ ਸਾਡਾ ਖਾ ਲਿਆ ਗਿਆ ਮਾਰ ਲਿਆ ਗਿਆ ਉਹ ਜਿੰਨਾਂ ਕੋ ਬਚਿਆ ਉਹ ਤਾਂ ਉਹ ਬਿਲਕੁਲ ਮਿਸਾਲੀ ਧੱਕਾ ਮੈਂ ਕਹੂੰਗਾ ਮਿਸਾਲੀ ਧੱਕਾ ਤੇ ਉਹ ਹਰੇਕ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਕਿਹੜਾ ਕਿਹੜੇ ਧੱਕੇ ਹੋਏ ਨੇ ਜੀ ਕਿਉਂ ਹੈ ਨੇ ਕਾਤੋਂ ਇਹਨੇ ਵਜ਼ਾਤ ਜੜੀਆਂ ਨੇ ਉਹ ਵੀ ਜਾਣਣੀਆਂ ਬਹੁਤ ਜ਼ਰੂਰੀ ਆ ਪਰ ਗੱਲ ਇਹ ਆ ਕਿ ਹੁਣ ਤੁਸੀਂ ਪਾਵਰ ਦੇ ਵਿੱਚੋਂ ਜੀ ਕਦੇ ਚੰਨੀ ਨੂੰ ਮਾੜਾ ਬੋਲਿਆ ਕਦੇ ਅਮਰਿੰਦਰ ਸਿੰਘ ਨੂੰ ਕੋਸ ਲਿਆ ਕਦੇ ਬਾਦਲਾ ਨੂੰ ਐ ਮਤਲਬ ਕਿ ਪੂਰਾ ਪਾਣੀ ਪੀ ਪੀ ਕੇ ਭੰਡ ਲਿਆ ਹੁਣ ਤਾਂ ਤੁਸੀਂ ਕਰਨਾ ਹੈ ਨਾ ਔਰ ਇਹ ਨਹੀਂ ਹੈ ਕਿ ਸਾਡਾ ਕੱਲ ਉੱਥੇ ਕੋਟਾ ਹੈ ਜੀ ਮਾਨ ਸਾਹਿਬ ਸਾਡਾ 22021 ਦੇ ਵਿੱਚ ਜਿਹੜਾ BBMP ਨੂੰ ਬਜਟ ਗਿਆ ਜੇ ਮੈਂ ਤੁਹਾਨੂੰ ਉਹ ਅੰਕੜਿਆਂ 'ਚ ਦੱਸ ਦੇਵਾਂ ਕਿ ਦੰਦ ਜੁੜ ਜਾਣਗੇ ਤੁਹਾਡੇ 276 ਕਰੋੜ ਰੁਪਇਆ ਗਿਆ ਅੱਛਾ ਜੀ 276 ਕਰੋੜ ਰੁਪਇਆ ਉਹ ਤਾਂ ਬਜਟ ਵਧ ਗਿਆ ਹੋਏਗਾ ਹਾਲਾਂਕਿ ਹਾਲੇ ਅਪਡੇਟ ਨਹੀਂ ਹੋਇਆ ਉਹ ਜੀ ਫਿਰ ਅੰਕੜਾ ਆ ਜਾਏਗਾ ਆਪਣੇ ਸਾਹਮਣੇ ਕਿ 22 23 ਲੀ ਕਿੰਨਾ ਗਿਆ ਜਾਂ 23 24 ਲੀ ਕਿੰਨਾ ਜਾਏਗਾ ਤੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਪੌਣੇ 300 ਕਰੋੜ ਰੁਪਈਆ BBMP ਨੂੰ ਦਿਨੇ ਹੋ ਤੇ ਜੇ ਆਪਣੀਆਂ ਅਸਾਮੀਆਂ ਹੀ ਨਹੀਂ ਪੂਰੀਆਂ ਤੁਸੀਂ ਕਰਵਾ ਸਕਦੇ ਤੇ ਫਿਰ ਛੱਡੋ ਖੇੜਾ ਉਹਨਾਂ ਨੂੰ ਕਹੋ ਯਾਰ ਸਾਡਾ ਸਾਡਾ ਤੁਸੀਂ ਹਿਸਾਬ ਕਿਤਾਬ ਕਰੋ ਅਹੀਂ ਕੋਈ ਪੈਸਾ ਨਹੀਂ ਦੇਣਾ ਘੱਟੋ ਘੱਟ ਪੌਣੇ 300 ਕਰੋੜ ਰੁਪਈਆ ਤਾਂ ਬਚਾ ਲਓ ਫਿਰ ਛੱਡ ਦਿਓ ਜਿਹੜਾ ਕੁਝ ਜੀ ਜੀ ਬਿਲਕੁਲ ਇੱਕ ਪਾਸੇ ਚੰਡੀਗੜ੍ਹ ਤੇ ਉੱਥੇ ਲਲਕਾਰੇ ਮਾਰੀ ਜਾਣ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਜਿੱਥੇ ਤੁਹਾਡਾ ਹੱਕ ਕੋਈ ਮਾੜਾ ਮੋਟਾ ਰਹਿੰਦਾ ਉੱਥੇ ਤੁਸੀਂ ਛੱਡੀ ਖਲੋਤੇ ਜੇ ਕੱਲ ਨੂੰ ਅੱਜ 46% ਹੈ ਕੱਲ ਨੂੰ 86% ਹੋ ਜਾਏਗਾ ਪਰਸੋਂ ਨੂੰ ਸਤਨਾ ਜਿੱਦਾਂ ਅਪਾ ਕਹ ਲਈਏ ਕਿ ਬਸ ਠੀਕ ਠਾਕ ਆ ਪਰਸੋਂ ਨੂੰ ਬਿਲਕੁਲ ਹੀ ਤੁਸੀਂ ਕਹ ਲਓ ਕਿ ਕਹਿ ਦੋਗੇ ਠੀਕ ਹੈ ਜੀ ਜੀ ਬਸ ਰੱਬ ਦਾ ਨਾਮ ਲਓ ਜੀ ਹੁਣ ਭੁੱਲ ਜਾਓ ਜੀ ਫਿਰ ਤੁਸੀਂ ਇਹੀ ਕਹੋਗੇ ਜੀ ਤੋ ਗੱਲ ਇਹ ਆ ਕਿ ਭਈ ਤੁਸੀਂ ਕੁਛ ਤਾਂ ਇਹ ਕੰਮ ਕਰੋ ਜਿਹੜੇ ਕਰਨ ਵਾਲੇ ਨੇ ਇਹ ਕੋਈ ਪਾਲਿਸੀ ਮੇਕਰਸ ਦਾ ਕੰਮ ਥੋੜੀ ਐ ਕਿ ਉੱਥੇ ਤੁਹਾਨੂੰ ਪਹਿਲਾਂ ਇੱਕ ਬਹੁਤ ਵੱਡੀ ਕਮੇਟੀ ਬਣਾਉਣੀ ਪਊਗੀ ਉਹ ਸਾਰਾ ਖਰੜਾ ਤਿਆਰ ਕਰੂਗੀ ਇਹ ਕਰੂਗੀ ਉਹ ਕਰੂਗੀ ਇਥੇ ਤਾਂ ਮਤਲਬ ਕਿ ਚੁਟਕੀਆਂ ਦਾ ਕੰਮ ਐ ਨਾ ਇਹ ਤਾਂ ਨਾਲ ਸੈਂਕਸ਼ਨ ਕੀਤੀਆਂ ਪੋਸਟਾਂ ਨੇ ਨਾ ਮਨਜ਼ੂਰशुदा ਜੀ ਕੋਟੇ ਲਾਟ ਨੇ ਉਰਥੇ ਕਿ ਕਿੰਨੇ ਕਿਧਰੋਂ ਮੁਲਾਜ਼ਮ ਜਾਣੇ ਨੇ ਕਿਸ ਗਰੁੱਪ ਲਈ ਜਾਣੇ ਨੇ ਉਹ ਤਾਂ ਸਾਰਾ ਕੁਝ ਤੈ ਹੈ ਨਾ ਜੀ ਤਾਂ ਤੁਸੀਂ ਕਿਉਂ ਨਹੀਂ ਭੇਜ ਰਹੇ ਵੱਡਾ ਸਵਾਲ ਆ ਕੀ ਗੱਲ ਹੈ ਤੁਹਾਡੇ ਕੋਲ ਇਸ ਤਰ੍ਹਾਂ ਦੀ ਭਰਤੀ ਹੈ ਨਹੀਂ ਜੇ ਭਰਤੀ ਨਹੀਂ ਹੈਗੀ ਤਾਂ ਕਰ ਲਓ ਬਥੇਰੇ ਇੱਥੇ ਬੇਰੁਜ਼ਗਾਰ ਤੋਰੇ ਫਿਰਦੇ ਨੇ ਜੇ ਤੁਹਾਡੇ ਕੋਲ ਹੈਗੇ ਨੇ ਮੈਂ ਮਹਿਕਮੇ ਚ ਬੰਦੇ ਭੇਜ ਦੇ ਉਥੇ ਜੀ ਜੀ ਸੋ ਕਾਫੀ ਵੱਡੇ ਸਵਾਲ ਨੇ ਮਾਨ ਸਾਹਿਬ ਕੇ ਕਹਿਣ ਨੂੰ ਕੁਝ ਹੋਰ ਕਰਨ ਨੂੰ ਕੁਝ ਹੋਰ ਔਰ ਇਹ ਚੀਜ਼ਾਂ ਦ੍ਰਿੜਤਾ ਪਾਲਦੀਆਂ ਨੇ ਜੀ ਇੱਛਾ ਸ਼ਕਤੀ ਪਾਲਦੀਆਂ ਨੇ ਜੀ ਕਿ ਕੱਲੇ ਟੈਲੀਵਿਜ਼ਨ ਡਿਬੇਟਾਂ ਚ ਆ ਕੇ ਇੱਕ ਦੂਜੇ ਨੂੰ ਹੂਰੇ ਮਾਰ ਕੇ ਖੰਗੂਰੇ ਮਾਰ ਕੇ ਗੱਲਾਂ ਉੱਥੇ ਕਹਿ ਜਾਣੀਆਂ ਲੋਕਾਂ ਨੂੰ ਚਾਰ ਚਿੱਠੇ ਕਿਸੇ ਸੁਣਾ ਜਾਣੇ ਉਹ ਗੱਲਾਂ ਹੋਰ ਹੁੰਦੀਆਂ ਨੇ ਕਰਕੇ ਵੀ ਦਿਖਾਓ ਜੀ ਜੀ ਕਰਨ ਦੀ ਵੀ ਜ਼ਰੂਰਤ ਹੈਗੀ ਇਸ ਮਾਮਲੇ ਬਿਲਕੁਲ ਬਿਲਕੁਲ ਲਾਜ਼ਮੀ ਹੈ ਜੀ ਬਿਲਕੁਲ ਜੀ ਇਧਰੋਂ ਇੱਕ ਸੀਗੇ ਵੀਰੋ ਕਰੇ ਬੀਬੀਐਮ ਦੇ ਵਿੱਚ ਜੀ ਪੰਜਾਬ ਦੇ ਇੰਜੀਨੀਅਰ ਦੀ ਪੋਸਟ ਵੀ ਪਾਸ ਹੋ ਗਈ ਹੈ ਜੀ ਸੈਂਟਰ ਦੇ ਮਿਨਿਸਟਰ ਆਰਕੇ ਸਿੰਘ ਨੇ ਕਨਫਰਮ ਕੀਤਾ ਸੀਮਾਨ ਨੇ ਵੀ ਆਪਣਾ ਕਰਤਾ ਜੀ ਕਹਿੰਨੇ ਕਿ ਬਾਕੀ ਦੇ ਪੋਸਟਾਂ ਵੀ ਫਿਰ ਕਰਨਗੇ ਚਾਹੀਦੀਆਂ ਨੇ ਇਹ ਇੱਕ ਕਰਤੀ ਤਾਂ ਤੇ ਕਰੋ ਹੁਣ ਤੁਹਾਡੇ ਸਾਹਮਣੇ ਸੈਂਕੜੇ ਪੋਸਟਾਂ ਖਾਲੀ ਨੇ ਤੁਸੀਂ ਉਹਨਾਂ ਨੂੰ ਭਰੋ ਜੀ ਗੱਲ ਇਹ ਆ ਕਿ ਹੁੰਦਾ ਕੀ ਹੈ ਮਾਨ ਸਾਹਿਬ ਕਿ ਅਸਲ ਦੇ ਵਿੱਚ ਨਾ ਇਹ ਹਾਲੇ ਵੀ ਮੈਨੂੰ ਤੇ ਕਦੇ-ਕਦੇ ਇਤਨਾ ਲੱਗਦਾ ਹੈ ਕਿ ਚੋਣ ਪ੍ਰਚਾਰੀ ਕਰੀ ਜਾ ਰਹੇ ਆ ਚੋਣ ਪ੍ਰਚਾਰੀ ਕਰੀ ਜਾ ਰਹੇ ਆ ਮਤਲਬ ਕਿ ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਹੁਣ ਜ਼ਿੰਮੇਵਾਰੀ ਨਾਲ ਬੰਝ ਚੁੱਕੇ ਆ ਇਹ ਬਸ ਪ੍ਰਚਾਰ ਚ ਉਹਨੇ ਮਾੜਾ ਕਰ ਦਿੱਤਾ ਉਹਨੇ ਮਾੜਾ ਕਰ ਦਿੱਤਾ ਉਹਨੇ ਬੇੜਾ ਕਰ ਕਰ ਦਿੱਤਾ ਉਹਨੇ ਬੇੜਾ ਕਰ ਕਰ ਦਿੱਤਾ ਅਸੀਂ ਕਟੜ ਇਮਾਨਦਾਰ ਅਸੀਂ ਕਟੜ ਇਮਾਨਦਾਰ ਬਸ ਚੋਣ ਪ੍ਰਚਾਰ ਹੈ ਤੋ ਤੁਸੀਂ ਹੁਣ ਕੋਈ ਸਫਾਈ ਨਹੀਂ ਦੇ ਸਕਦੇ ਤੁਹਾਨੂੰ ਆਪ ਨੂੰ ਕਰਕੇ ਕਹਿਣਾ ਵੀ ਆ ਚੱਕ ਵੀ ਮਤਰਾ ਕਰਕੇ ਦਿਖਾਤਾ ਅਸੀਂ ਇਹ ਸਰਟੀਫਿਕੇਟ ਲੋਕਾਂ ਨੇ ਬਣ ਰਹੇ ਆ ਬਿਲਕੁਲ ਵੀ ਤੁਸੀਂ ਤੁਸੀਂ ਨਹੀਂ ਸੀ ਜੇ ਕਰ ਸਕਦੇ ਤੇ ਆ ਵੇਖੋ ਅਸੀਂ ਕਰਕੇ ਦਿਖਾ ਦਿੱਤਾ ਜੀ ਉਹਨਾ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਵਫਾਦਾਰੀ ਕਿਹਨੂੰ ਕਹਿੰਦੇ ਆ ਜੀ ਚਣਕੀ ਦੇ ਜੀਵਨ ਦੇ ਵਿੱਚੋਂ ਨਾ ਇੱਕ ਕਿੱਸਾ ਬੜਾ ਮਸ਼ਹੂਰ ਹੈ ਜੀ ਕਿੱਸਾ ਇਹੋ ਆ ਕਿ ਜਦੋਂ ਚਨਕਿਆ ਬੜਾ ਮਤਲਬ ਕਿ ਫੇਮਸ ਹੋ ਗਿਆ ਜੀ ਤਾਂ ਉਸ ਟਾਈਮ ਕੀ ਹੋਇਆ ਕਿ ਕੋਈ ਚੀਨੀ ਦਾਰਸ਼ਨਿਕ ਆ ਗਿਆ ਜੀ ਉਹਨੂੰ ਮਿਲਣਾ ਜਦੋਂ ਮਿਲਣਾ ਆ ਗਿਆ ਤੇ ਉਹਦੇ ਘਰ ਚ ਜਦੋਂ ਦਾਖਲ ਹੋਇਆ ਜੀ ਤੇ ਉਹਦੇ ਵੱਲ ਵੇਖ ਕੇ ਚਨਕਿਆ ਮੁਸਕਰਾਇਆ ਜੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਉਹ ਕੋਈ ਕੰਮ ਕਰ ਰਿਹਾ ਸੀ ਉਸ ਟਾਈਮ ਜੀ ਕੋਈ ਮਤਲਬ ਕਿ ਲਿਖਤ ਲਿਖ ਰਿਹਾ ਸੀਗਾ ਜੀ ਤੇ ਉਸ ਟਾਈਮ ਹੁਣ ਬਿਜਲੀ ਤੇ ਹੈ ਨਹੀਂ ਸੀਗੀ ਜੀ ਤੇ ਕੋਲ ਦੀਵਾ ਜਗਣ ਡਿਆ ਸੀ ਜੀ ਤੇ ਉਹਨੇ ਮੁਸਕਰਾ ਕੇ ਉਹਦਾ ਸਵਾਗਤ ਕਰਕੇ ਖੈਰਮਗਦਮ ਕਰਕੇ ਤੇ ਉਹਨੇ ਫਿਰ ਉਫੂਕ ਮਾਰ ਕੇ ਦੀਵਾ ਬੁਝਾ ਦਿੱਤਾ ਜੀ ਦੂਸਰੇ ਪਾਸੇ ਦੂਜਾ ਦੀਵਾ ਪਿਆ ਸੀਗਾ ਉਹਨੇ ਉਹ ਬੁਝਾ ਕੇ ਤੇ ਦੂਜਾ ਜਗਾ ਦਿੱਤਾ अच्छा जी ਹੁਣ ਜਿਹੜੇ ਦਾਰਸ਼ਨਿਕ ਲੋਕ ਹੁੰਦੇ ਨੇ ਜਿਹੜੇ ਵਿਦਵਾਨ ਲੋਕ ਹੁੰਦੇ ਨੇ ਉਹ ਨਿੱਕੀ ਨਿੱਕੀ ਗੱਲ ਜਿਹੜੀ ਆ ਨਾ ਨੋਟ ਕਰਦੇ ਆ ਤਾਂ ਉਹਨਾਂ ਕਹਿੰਿਆ ਕਿ ਵੀ ਮਤਲਬ ਇਹ ਕੀ ਦਸਤੂਰ ਹੈ ਤੁਹਾਡਾ ਕੀ ਗੱਲ ਹੈ ਕਿ ਜਦੋਂ ਤੁਹਾਡੇ ਕੋਈ ਗੈਸਟ ਆਉਂਦਾ ਹੈ ਇਹ ਕੋਈ ਪਰੰਪਰਾ ਤੁਹਾਡੀ ਜੀ ਵੀ ਜਦੋਂ ਕੋਈ ਗੈਸਟ ਆਇਆ ਇੱਕ ਦੀਵਾ ਬੁਝਾ ਦੇਣਾ ਤੇ ਦੂਸਰਾ ਜਗਾ ਦੇਣਾ ਜੀ ਉਹਨੇ ਸਮਝਾਇਆ ਨਾ ਕਿ ਨਹੀਂ 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 ਕੋਈ ਸਾਡੀ ਪਰੰਪਰਾ ਨਹੀਂ ਹੈ ਤੇ ਕੋਈ ਜ਼ਰੂਰੀ ਵੀ ਨਹੀਂ ਹੈ ਦਰਅਸਲ ਕੀ ਹੈ ਕਿ ਜਿਸ ਟਾਈਮ ਤੁਸੀਂ ਨਹੀਂ ਸੀ ਆਏ ਉਸ ਟਾਈਮ ਮੈਂ ਰਾਜ ਦਾ ਕੰਮ ਕਰ ਰਿਹਾ ਸੀਗਾ ਤੇ ਜਿਹੜਾ ਇਹ ਦੀਵਾ ਹੈ ਇਸ ਦੀਵੇ ਦੇ ਵਿੱਚ ਜਿਹੜਾ ਤੇਲ ਆ ਉਹ ਰਾਜ ਦੇ ਪੈਸੇ ਚ ਆਇਆ ਖਜ਼ਾਨੇ ਚ ਆਇਆ ਹੁਣ ਕਿਉਂਕਿ ਮੇਰਾ ਕੰਮ ਰੁਕ ਗਿਆ ਤੁਸੀਂ ਆ ਗਏ ਆਪਾਂ ਗੱਲਬਾਤ ਕਰਨੀ ਹੈ ਹੁਣ ਮੇਰੇ ਨਿੱਜੀ ਪਲ ਸ਼ੁਰੂ ਹੋ ਗਏ ਇਸ ਕਰਕੇ ਰਾਜ ਦੇ ਪੈਸੇ ਦੀ ਕੋਈ ਵਰਤੋਂ ਨਹੀਂ ਹੋਏਗੀ ਅਸੀਂ ਹੁਣ ਜਿਹੜੀ ਗੱਲਬਾਤ ਕਰਾਂਗੇ ਉਹ ਇਹ ਜਿਹੜਾ ਮੇਰਾ ਨਿੱਜੀ ਤੇਲ ਖਰੀਦਿਆ ਹੋਇਆ ਹੈ ਇਦੇ ਨਾਲ ਕਰਾਂਗੇ ਆਪਾਂ ਜੀ ਕਹਿਣ ਦਾ ਮਤਲਬ ਕੀ ਹੈ ਸਿੰਪਲ ਕਹਾਣੀ ਹੈ ਇਹ ਹਰੇਕ ਲੀਡਰ ਨੂੰ ਸੁਣਨੀ ਤੇ ਸਮਝਣੀ ਚਾਹੀਦੀ ਹੈ ਕਿ ਅਕਲ ਨੂੰ ਹੱਥ ਮਾਰੋ ਕਿ ਲੋਕਾਂ ਨੇ ਤੁਹਾਨੂੰ ਕੋਈ ਕਸਰ ਹੀ ਨਹੀਂ ਛੱਡੀ ਨਿਹਾਲ ਕਰ ਛੱਡਿਆ ਤੁਹਾਨੂੰ ਬੰਗਲੇ ਦਿੱਤੇ ਨੇ ਗੱਡੀਆਂ ਦਿੱਤੀਆਂ ਨੇ ਤਨਖਾਹਾਂ ਦਿੱਤੀਆਂ ਨੇ ਨੌਕਰ ਚਾੰਕਰ ਬਿਜਲੀ ਪਾਣੀ ਟੈਲੀਫੋਨ ਮੈਡੀਕਲ ਕਿਹੜੀ ਸਹੂਲਤ ਆ ਜਿਹੜੀ ਤੁਹਾਨੂੰ ਨਹੀਂ ਮਿਲਦੀ ਔਰ ਦੁਨੀਆ ਦੇ ਕੁਝ ਚੁਨਿੰਦਾ ਰਾਜਨੀਤਿਕ ਲੋਕਾਂ ਚੋਂ ਤੁਸੀਂ ਜੇ ਜਿਨ੍ਹਾਂ ਨੂੰ ਇੰਨੀ ਐਸ਼ੋਇਸ਼ਰਤ ਦਿੱਤੀ ਜਾਂਦੀ ਹੈ ਜੀ ਕੈਨੇਡਾ ਚ ਵੀ ਪੁੱਛ ਲਓ ਕਿ ਮੰਤਰੀ ਨੂੰ ਇੰਨੀ ਹਸੂਲਤਾ ਮਿਲਦੀਆਂ ਨੇ ਜੀ ਤੁਹਾਡੇ ਨਾਲ ਤਾਂ ਵਾ ਵਾਸਤਾ ਲੋਕ ਰਹਿੰਦੇ ਨੇ ਬਾਹਰਲੇ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਇੱਕ ਸਾਬਕਾ ਐਮਐਲਏ ਨੂੰ ਜਾਂ ਸਾਬਕਾ ਐਮਪੀ ਨੂੰ ਇੰਨੀ-ਇੰਨੀ ਪੈਨਸ਼ਨਾਂ ਮਿਲਦੀਆਂ ਸੀ ਜੀ ਛੇ-ਛੇ ਪੈਨਸ਼ਨਾਂ ਤੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਤਾਂ ਤੁਸੀਂ ਲੋਕਾਂ ਪ੍ਰਤੀ ਵਫਾਦਾਰ ਵੀ ਰਹੋ ਯਾਰ ਜੀ ਠੀਕ ਹੈ ਨਾ ਆਪਣੀ ਫਰਜ਼ ਦੀ ਅਦਾਇਗੀ ਵੀ ਰੱਖੋ ਜੀ ਕਿ ਜੋ ਤੁਹਾਡੇ ਕਰਤੱਵ ਨੇ ਜੋ ਤੁਹਾਡੇ ਜੁम्मे ਨੇ ਕੰਮ ਉਹਨਾਂ ਨੂੰ ਵੀ ਨਿਰਵਾਹ ਦੇ ਕੇ ਤੇ ਆਪਣੇ ਸਟੇਟ ਨੂੰ ਅੱਗੇ ਲਿਜਾਓ ਜੀ ਇਹ ਤੁਹਾਡਾ ਫਰਜ਼ ਬਣਦਾ ਹੈ ਜੀ 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 ਬਿਲਕੁਲ ਬਿਲਕੁਲ ਬਿੰਟੂ ਜੀ ਇਧਰੋਂ ਮੈਜਰ ਆ ਦੇਖ ਲੈਣਾ ਜੀ ਕਿਨੇ ਕਿ ਜਸਟ ਤਾਰੀ ਕਰੇ ਸਾਡੇ ਸੀਮ ਸਾਹਿਬ ਨੂੰ ਸਮਝ ਹੀ ਨਹੀਂ ਆਉਂਦੀ ਕਿਹੜੇ ਫੈਸਲੇ ਪੰਜਾਬ ਦੇ ਲੋਕਾਂ ਦੇ ਲਈ ਲਾਹੇਵੰਦੇ ਨੇ ਜੀ ਸੀਐਮ ਸਾਹਿਬ ਆਪ ਵੀ ਕਈ ਵਾਰੀ ਕਿ ਇਦਾਂ ਦੇ ਬਿਆਨ ਦੇ ਜਾਂਦੇ ਆ ਕਿ ਜਿਸ ਤੋਂ ਜਿਹਦੇ ਨਾਲ ਕਿਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਢਾਹ ਲੱਗਦੀ ਹੈ ਜੀ ਕਿਨੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਚਲੋ ਕੋਈ ਨਹੀਂ ਪਰ ਇਹ ਹੈ ਕਿ ਐਟ ਲੀਸਟ ਉਹਨਾਂ ਨੂੰ ਮੁੱਦੇਨਾ ਤਾਂ ਪਤਾ ਹੀ ਹੈ ਨਾ ਲੋਕਾਂ ਦੇ ਦਾ ਕਿ ਕਿਹੜੇ ਮੁੱਦੇ ਆ ਬਿਆਨ ਤੇ ਚਲੋ ਸਿਆਸਤ ਜਦੋਂ ਕਰਦੇ ਆ ਤੁਸੀਂ ਜੀ ਹੁਣ ਸਿਆਸਤ ਦੇ ਵਿੱਚ ਬਿਆਨ ਹੀ ਦਿਓਗੇ ਜੀ ਹੋਰ ਤਾਂ ਕੁਝ ਚਲੋ ਕੀ ਕਰਨਾ ਤੁਸੀਂ ਗੱਲਾਂ ਬਾਤਾਂ 'ਚ ਜੀ ਪਰ ਰੌਲਾ ਇਹ ਆ ਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡੇ ਕਰਨ ਵਾਲੀਆਂ ਹੁੰਦੀਆਂ ਜੀ ਰਾਜਨੀਤੀ ਕਰਨ ਵਾਲੀ ਹੈ ਉਹ ਠੀਕ ਹੈ ਪਰ ਕੁਝ ਕੰਮ ਕਰਨ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਜੀ ਤੁਸੀਂ ਉਹਨਾਂ ਕੰਮਾਂ ਨੂੰ ਕਰਨ ਦੀ ਥਾਂ ਤੇ ਹੋਰ ਅਵਾ ਗੌਣ ਗੱਲਾਂ ਤੇ ਹੋਰ ਹੀ ਚੀਜ਼ਾਂ 'ਚ ਪੈ ਰਹੋ ਤੇ ਉਹ ਠੀਕ ਨਹੀਂ ਹੈ ਜੀ ਉਹਦਾ ਨੁਕਸਾਨ ਮਾਨ ਸਾਹਿਬ ਨੂੰ ਚੁੱਕਣਾ ਹੀ ਪਏਗਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹ ਨੁਕਸਾਨ ਚੁੱਕਣਾ ਹੀ ਪੈਣਾ ਮੁੜ ਕੇ ਇਹਨਾਂ ਨੇ ਲੋਕਾਂ ਦੇ ਵਿੱਚ ਆ ਕੇ ਕਹਿਣਾ ਕਿ ਮੈਂ ਐਦਾਂ ਸੀ ਤੇ ਮੈਂ ਉਦਾਂ ਸੀ ਮੇਰੇ ਤੇ ਆ ਹੋ ਗਿਆ ਮੇਰੇ ਤੇ ਆ ਹੋ ਗਿਆ ਜੀ ਕੋਈ ਟਾਈਮ ਐਦਾਂ ਤਾਂ ਆ ਜਾਣਾ ਆ ਜਾਂਦਾ ਹੁੰਦਾ ਸਮਾਂ ਸੋ ਇਹ ਆ ਕਿ ਆਪਣੇ ਸੂਬੇ ਨੂੰ ਵੇਖੋ ਆਪਣੀ ਰਾਜਨੀਤੀ ਠੀਕ ਹੈ ਚਲਾਈ ਚੱਲੋ ਚਮਕਾਈ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਇਹ ਆ ਕਿ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਨੇ ਉਹ ਜ਼ਰੂਰ ਕਰੋ ਜੀ ਜੀ ਬਿਲਕੁਲ ਬਿਲਕੁਲ ਜੀ ਕਿਉਂਕਿ ਹੁਣ ਭਾਲੇ ਜਿਹੜੇ ਪਹਿਲਾਂ ਵਾਲੇ ਵੀ ਨਹੀਂ ਥੋਂਦੇ ਜੇ ਸਮਾ ਬਦਲ ਹੀ ਜਾਂਦਾ ਇੱਕ ਨਿਕਲ ਬਦਲ ਜਾਂਦਾ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਇਧਰੋਂ ਖੈਰ ਮੈਂ ਦੇਖਦਾ ਜੀ ਕਿ ਇੱਕ ਦਾ ਕਮੈਂਟ ਹੋਰ ਇਸੇ ਬਾਬਤ ਸੀਗਾ ਜੀ ਕਹਿੰਦੇ ਕਿ ਹਾਂ ਆਸਟ੍ਰੇਲੀਆ ਦੇ ਵਿੱਚ ਮਿੰਟੂ ਜੀ ਜੰਮੀ ਮੁਕਸਰਾ ਇਹ ਕਹਿੰਦੇ ਜੀ ਉੱਥੇ ਡਰਾਈਵ ਆਪਣਾ ਗੱਡੀ ਵੀ ਆਪ ਹੀ ਡਰਾਈਵ ਕਰਦੇ ਆ ਮਿਨਿਸਟਰ ਇੱਕ ਵਾਰੀ ਕਿਸੇ ਦਾ ਚਲਾਨ ਹੋ ਗਿਆ ਸੀ ਟੈਲੀਫੋਨ ਤੇ ਗੱਲ ਕਰ ਦਿੱਤਾ ਆਸਟ੍ਰੇਲੀਆ ਦੇ ਮੰਤਰੀ ਦਾ ਜੀ ਆਹ ਦੇਖੋ ਲੋ ਗੱਡੀਆਂ ਆਪ ਚਲਾਉਂਦੇ ਤਾਂ ਇੱਥੇ ਚਾਰ ਚਰ ਨਾਲ ਫਿਰਦੇ ਹੁੰਦੇ ਹਾਂਗੇ ਕੀ ਛਡੋ ਇਹਨਾਂ ਤੋਂ ਮਿਲਦਾ ਛਾ ਮਨੂਰ ਰੋਟੀ ਵੀ ਐ ਤੋੜ ਕੇ ਨਾ ਬੁਰਕੀ ਮੂੰਹ ਤੱਕ ਲਿਜਾਉਣੀ ਵੀ ਮਹਾਲ ਹੋਏਗੀ ਵੀ ਕੋਈ ਨੌਕਰੀ ਆ ਕੇ ਮੂੰਹ ਚ ਪਾ ਦੇਵੇ ਜੀ ਮਤਲਬ ਕਿ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਕਿ ਭਾਈ ਮਤਲਬ ਹਿਸਾਬ ਲਾ ਲਓ ਕਿ ਇੱਕ ਵਾਰੀ ਇਹਨਾਂ ਨੇ ਮੰਗ ਕੀਤੀ ਮੰਤਰੀਆਂ ਨੇ ਸਦਨ ਦੇ ਵਿੱਚ ਕਿ ਦੇਖੋ ਜੀ ਜਿਹੜਾ ਸਾਡੇ ਘਰਾਂ ਚ ਪਾਣੀ ਆਉਂਦਾ ਨਾ ਪਤਾ ਨਹੀਂ 200 ਲੀਟਰ ਕਿ ਕਿੰਨਾ ਆਉਂਦਾ ਹੁੰਦਾ ਸੀਗਾ ਕਿੰਨਾ ਕੋਟਾ ਹੈ ਕਹਿੰਦੇ ਜੀ ਉਹ ਪਾਣੀ ਵਧਾ ਦਿਓ ਹੋਰ ਲਓ ਜੀ ਵੀ ਮਤਲਬ ਕਿ ਰੋੜਨ ਵਾਸਤੇ ਪਾਣੀ ਹੋਰ ਚਾਹੀਦਾ ਵੀ ਨਾਉਂਦੇ ਤਾਂ ਜੀ ਤਾਂ ਉਨੇ ਹੀ ਆ ਤੁਸੀਂ ਜਿੰਨੇ ਸਾਲ 2 ਸਾਲ 4 ਸਾਲ ਪਹਿਲਾਂ ਵਰਤੋਂ ਉਹੀ ਹੈ ਨਾਉਂਦੇ ਧੋਂਦੇ ਵੀ ਉਨੇ ਟਾਈਮ ਹੀ ਆ ਪਾਣੀ ਦਾ ਕੋਟਾ ਵੀ ਵਧਾ ਦਿਓ ਜੀ 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 ਮੰਨ ਲਓ ਕਿ ਹਰ ਇੱਕ ਚੀਜ਼ ਵੀ ਵਧਾ ਕੇ ਦਿਓ ਵਧਾ ਕੇ ਦਿਓ ਤਨਖਾ ਸਾਡੀ ਵਧਣੀ ਚਾਹੀਦੀ ਹੈ ਲੱਖ ਰੁਪਈਆ ਲੈਂਦੇ ਨੇ ਐਮ ਐਲ ਏ ਆਪਣੇ ਦੂਜੇ ਖਰਚਿਆਂ ਤੋਂ ਇਲਾਵਾ ਜੀ ਪੁੱਛ ਲਓ ਐਨਾ ਕਾਣਕੇ ਪੂਰੀ ਨਹੀਂ ਪੈਂਦੀ ਭਾਈ ਪੂਰੀ ਨਹੀਂ ਪੈਂਦੀ ਜੀ ਜੀ ਉਹ ਛੱਡੋ ਖੜਾ ਯਾਰ ਪੂਰੀ ਨਹੀਂ ਪੈਂਦੀ ਤੇ ਜੀ ਮਾਨ ਸਾਹਿਬ ਆਪ ਹੀ ਤੇ ਕਹਿੰਦੇ ਦੇ ਨਾ ਤੁਹਾਨੂੰ ਕੋਈ ਧੱਕੇ ਨਾਲ ਲੈ ਕੇ ਆਇਆ ਜੀ ਛੱਡ ਦੇ ਸੇਵਾ ਛੱਡ ਦਿਓ ਸੇਵਾ ਜੀ ਗੱਲ ਇਹ ਆ ਕਿ ਭਾਈ ਚਲੋ ਸੇਵਾ ਵੀ ਕਰਨੀ ਹੈ ਵੈਸੇ ਇਸ ਦੇਸ਼ ਦੀ ਬਦਕਿਸਮਤੀ ਵੇਖੋ ਇਹ ਕਹਿੰਦੇ ਨੇ ਕਿ ਇਹ ਸੇਵਾ ਜੀ ਰਾਜਨੀਤੀ ਸੇਵਾ ਜੀ ਜੀ ਤੇ ਜੇ ਸੇਵਾ ਰਾਜਨੀਤੀ ਆ ਜੀ ਅਤਲਿਕ ਰਾਜਨੀਤੀ ਕਰਨੀ ਸੇਵਾ ਹੈ ਜੀ ਤੇ ਫਿਰ ਸੇਵਾ ਦੀ ਤਨਖਾਹ ਕਾਦੀ ਫਿਰ ਕਰੋੜਾਂ ਦੇ ਬਿੱਲ ਕਾਦੇ ਤੇ ਜੇ ਕਰੋੜਾਂ ਰੁਪਈਆਂ ਦੇ ਬਿੱਲ ਨੇ ਜੀ ਇੱਕ ਤਰ੍ਹਾਂ ਵਾਲੇ ਜੌਬ ਹੈ ਜਾਂ ਪ੍ਰੋਫੈਸ਼ਨ ਆ ਤੇ ਫਿਰ ਬਈ ਇੰਨਾ ਤੇ ਕੁਆਲੀਫਿਕੇਸ਼ਨ ਦੀ ਕੋਈ ਕੋਈ ਹੱਦ ਕਿਉਂ ਨਹੀਂ ਲਾਗੂ ਹੁੰਦੀ ਯੋਗਤਾ ਰੱਖੋ ਫਿਰ ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਜੇ ਸੇਵਾ ਹੈ ਤਨਖਾਹ ਕਾਦੀ ਇਹ ਤਨਖਾਹ ਹੈ ਤੇ ਫੇਰ ਇਹਨਾਂ ਨੂੰ ਖੁੱਲ੍ਹ ਕਾਦੀ ਹੈ ਕਿ ਅਨਪੜ ਵੀ ਆ ਜਾਂਦਾ ਗੁੰਡਾ ਵੀ ਆ ਜਾਂਦਾ ਬਦਮਾਸ਼ ਵੀ ਆ ਜਾਂਦਾ ਚੋਰ ਚੱਕਾ ਵੀ ਆ ਜਾਂਦਾ ਤੇ ਜੇਲ੍ਹ ਚੋਂ ਅੰਦਰੋਂ ਵੀ ਆਏ ਹੁੰਦੇ ਜੇਲ੍ਹ ਚੋਂ ਮੋਤੇ ਆਉਂਦੇ ਆਉਂਦੇ